ਜ਼ਿਲ੍ਹਾ ਮੁਕਤਸਰ ਕੀ ਜੋ CIA 1 ਔਰ CIA 2 ਨੂੰ ਵੱਖ ਵੱਖ ਮਾਮਲਿਆਂ ਦੇ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈਗੀ। ਪਰ DSP NDPS ਸੰਜੀਵ ਗੋਇਲ ਔਰ ਇੰਚਾਰਜ CIA ਗੁਰਵਿੰਦਰ ਸਿੰਘ ਨੇ ਕੱਲ ਨਾਕਾਬੰਦੀ ਕੀਤੀ ਹੋਈ ਸੀ। ਤੋ ਇੱਕ ਰਾਜਸਥਾਨ ਨੰਬਰੀ ਟਰੱਕ RJ07GB08 12 ਨੂੰ ਰੋਕਿਆ ਤੋ ਉਸਨੂੰ ਚੈੱਕ ਕਰਨ ਤੋਂ ਬਾਅਦ ਉਸ ਟਰੱਕ ਦੇ ਵਿੱਚੋਂ ਟੋਟਲ 204 ਕਿਲੋ ਪੋਪੀ ਹਸਕ ਅਸੀਂ ਰਿਕਵਰ ਕੀਤਾ ਹੈਗਾ। ਇਹ ਟਰੱਕ ਬੇਸਿਕਲੀ ਲੂਣਕਰਨ ਸਨ ਬੀਕਾਨੇਰ ਸੇ ਲੁਧਿਆਣਾ ਸਿਲਿਕਾ ਸੈਂਡ ਲੈ ਕੇ ਆਇਆ ਸੀ, ਉਹਦੇ ਵਿੱਚੋਂ ਸਾਨੂੰ ਇਹ 204 ਕਿਲੋ ਪੋਪੀ ਹਸਕ ਰਿਕਵਰ ਹੋਇਆ ਹੈ। ਤੋ ਇਹ CIA ਗੁਰਵਿੰਦਰ ਸਿੰਘ ਇੰਚਾਰਜ ਹੈਗੇ ਔਰ ਉਹਨਾਂ ਦੀ ਟੀਮ ਵੱਲੋਂ ਇਹ ਬਹੁਤ ਵੱਡੀ ਕਾਮਯਾਬੀ ਹੈਗੀ। ਇਸੇ ਦੇ ਨਾਲ ਨਾਲ ਸਾਡੀ CIA 2 ਦੇ ਇੰਚਾਰਜ ਜਗਸੀਰ ਸਿੰਘ ਸਬ ਇੰਸਪੈਕਟਰ ਔਰ ਉਹਨਾਂ ਦੀ ਟੀਮ ਵੱਲੋਂ ਦੋ ਵੱਖ ਵੱਖ ਚੋਰੀ ਦੇ ਮਾਮਲਿਆਂ ਦੇ ਵਿੱਚ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈਗਾ, ਜਿਨ੍ਹਾਂ ਦੇ ਕੋਲੋਂ ਟੋਟਲ 1 ਅਲਟੋ ਕਾਰ, 7 ਮੋਟਰਸਾਈਕਲ ਅਤੇ 7 ਮੋਬਾਈਲ ਅਸੀਂ ਬਰਾਮਦ ਕੀਤਾ ਹੈਗਾ। ਜੋ 3 ਅਕਿਊਜ ਅਸੀਂ ਫੜਨ ਦੇ ਵਿੱਚ ਸਫਲ ਹੋਏ ਹੈਗੇ, ਜਿਨ੍ਹਾਂ ਦੇ ਵਿੱਚੋਂ ਇੱਕ ਗੁਰਦੀਪ ਸਿੰਘ ਔਰ ਇੱਕ ਅਨਮੋਲ ਸਿੰਘ ਮਲੋਟ ਦੇ ਰਹਿਣ ਵਾਲੇ ਹੈਗੇ, ਔਰ ਤੀਜਾ ਜੋ ਵਿੱਕੀ ਹੈਗਾ ਉਹ ਵੀ ਮਲੋਟ ਕਾ ਰਹਿਣ ਵਾਲਾ ਹੈਗਾ। ਵਿੱਕੀ ਦੇ ਖਿਲਾਫ਼ ਪਹਿਲੇ ਵੀ ਚੋਰੀ ਔਰ ਡੈਕੋਇਟੀ ਕੇ 3 FIR ਆਲਰੇਡੀ ਰਜਿਸਟਰਡ ਹੈਗੇ। ਤੋ ਸਾਨੂੰ ਉਮੀਦ ਹੈਗੇ ਕਿ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਔਰ ਵੀ ਪੁੱਛਗਿੱਛ ਕਰਾਂਗੇ ਔਰ ਸਾਨੂੰ ਔਰ ਵੀ ਰਿਕਵਰੀ ਹੋਣੇ ਕੀ ਉਮੀਦ ਹੈਗੀ। ਸਰ ਜਿਹੜਾ ਪੂਰਾ ਪੋਸਟ ਵਾਲਾ ਬਣਿਆ ਹੈਗਾ ਜਿਹੜਾ ਹੁਣ ਤੱਕ ਆਇਆ ਮੁੱਢਲੀ ਪੁੱਛਗਿੱਛ ਨੇ ਕਦੋਂ ਤੱਕ ਲਿਆ ਰਿਹਾ ਹੈਗਾ ਜਾਂ ਕੀ ਕਰਦਾ ਹੈਗਾ? ਦੇਖੋ ਅਸੀਂ ਇਸ ਨੂੰ ਫੜਿਆ ਹੈਗਾ ਅਭੀ ਇਸਕੀ ਅਸੀਂ ਡਿਟੇਲ ਇਸਕੇ ਬੈਕਵਰਡ ਔਰ ਫਾਰਵਰਡ ਲਿੰਕੇਜ ਜੋ ਹੁਣ ਤੱਕ ਜੋ ਉਸਨੇ ਦੱਸਿਆ ਹੈਗਾ, ਇਹ ਜੋ ਸਮਾਨ ਜੋ ਲੈ ਕੇ ਆਇਆ ਹੈਗਾ ਪੂਰਾ ਪੋਪੀ ਹਸਕ, ਇਹ ਫਲੌਦੀ ਡਿਸਟ੍ਰਿਕਟ ਰਾਜਸਥਾਨ ਦੇ ਵਿੱਚ ਹੈਗਾ, ਉੱਥੋਂ ਲੈ ਕੇ ਆਇਆ ਔਰ ਇਹਨੇ ਇੱਥੇ ਆ ਕੇ ਕਿੱਥੇ ਗਾਂ ਸਪਲਾਈ ਕਰਨੀ ਸੀ। ਤੋ ਅਸੀਂ ਬੈਕਵਰਡ ਔਰ ਫਾਰਵਰਡ ਲਿੰਕੇਜ ਜ਼ਰੂਰ ਇਹਦੇ ਵਿੱਚ ਐਸਟੈਬਲਿਸ਼ ਕਰਾਂਗੇ। ਸਰ ਮੈਂ ਨਾਮ ਕੀ ਹੈਗਾ? ਇਸਕਾ ਹੈ ਬੁੱਧ ਰਾਜ ਹੈਗਾ, ਰੈਜੀਡੈਂਟ ਆਫ ਗਠਿਆਲੀ ਫਲੌਦੀ ਡਿਸਟ੍ਰਿਕਟ ਰਾਜਸਥਾਨ ਸੇ ਬਿਲੋਂਗ ਕਰਤਾ ਹੈਗਾ। ਕਿੱਥੇ ਤੋਂ? ਟਰੱਕ ਡਰਾਈਵਰ ਹੀ ਹੈ? ਹਾਂਜੀ ਹਾਂਜੀ ਡਰਾਈਵਰ।